ਜ਼ਿੰਦਗੀ 'ਚ ਬਹੁਤ ਪਿਆਰ ਮਿਲਿਆ ਤੁਹਾਨੂੰ, ਅੱਜ ਤੱਕ ਉਹ ਪਿਆਰ ਸਦਾ ਕਾਇਮ ਹੈ? ਮੇਰੇ ਕੋਲ ਸ਼ੋਸ਼ਾ ਨਹੀਂ, ਪਖੰਡ ਨਹੀਂ, ਡਰਾਮਾ ਨਹੀਂ, ਮੇਰੇ ਅੱਗੇ ਪਿੱਛੇ ਉਸ ਤਰ੍ਹਾਂ ਬੰਦੇ ਨਹੀਂ ਘੁੰਮਦੇ। ਮੈਂ ਤੁਹਾਡੇ ਵਰਗਾ ਔਰ ਮੈਂ ਇੱਦਾਂ ਹੀ ਰਹਿਣਾ ਚਾਹੁੰਦਾ। ਬੱਬੂਮਾਨ ਦੀ ਜ਼ਿੰਦਗੀ 'ਚ ਸਭ ਤੋਂ ਯਾਰੀ ਦੀ ਪਛਾਣ ਕੀ ਹੈ ਕਿ ਯਾਰੀ ਇੱਦਾਂ ਦੀ ਹੋਵੇ? ਇਹ ਮੇਰਾ ਬਚਪਨ ਦਾ ਯਾਰ ਹੈ ਡਾਕਟਰ, ਇਹ ਮੇਰਾ ਛੋਟਾ ਭਰਾ ਹੈ। ਪਹਿਲੀ ਗੱਲ ਤਾਂ ਇਹ, ਅੱਜ ਮੈਂ ਇੱਕ ਯਾਰ ਕੋਲੋਂ ਆਪਣੇ ਯਾਰ ਦੀ ਖੁਸ਼ੀ ਦਾ ਜ਼ਿਕਰ ਪੁੱਛਣਾ ਚਾਹੁੰਦਾ ਜੋ ਤੁਹਾਡੇ ਚਿਹਰੇ 'ਤੇ ਇੱਕ ਝਲਕ ਪੈਂਦੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਵੇਂ ਜਿਵੇਂ ਸਿਨੇਮਾ 'ਚ ਕੰਮ ਕਰਦੇ ਹੋ ਤੁਹਾਡਾ ਯਾਰ ਇੱਕ ਚੰਗਾ ਬਣ ਜਾਂਦਾ, ਤਾਂ ਗੁਰੂ ਅਤੇ ਮਾਨ ਸਾਹਿਬ ਦੀ ਯਾਰੀ ਇਹ ਸਾਰੇ ਮਿੱਤਰ ਹੈ, ਗੁਰੂ ਤਾਂ ਭਤੀਜਾ ਸਾਡਾ। ਜ਼ਿੰਦਗੀ 'ਚ ਬਹੁਤ ਪਿਆਰ ਮਿਲਿਆ ਤੁਹਾਨੂੰ, ਅੱਜ ਤੱਕ ਉਹ ਪਿਆਰ ਸਦਾ ਕਾਇਮ ਹੈ। ਇਹ ਝੋਲੀ ਕਿਸੇ ਕਿਸੇ ਕਲਾਕਾਰ ਕਿਸੇ ਕਿਸੇ ਅਦਾਕਾਰ ਦੇ ਹਿੱਸੇ ਆਉਂਦੀ ਆ, ਤੁਹਾਡੇ ਹਿੱਸੇ ਆਈ ਆ, ਮੈਂ ਇਸ ਚੀਜ਼ ਦਾ ਤੁਹਾਡੇ ਦਿਲ ਦਾ ਫੀਲ ਜਾਣਨਾ ਚਾਹੁੰਦਾ ਜੋ ਤੁਹਾਡੇ ਸਰੋਤੇ ਜੋ ਤੁਹਾਡੀ ਦੁਨੀਆ। ਮੈਂ ਤੁਹਾਡੇ ਵਰਗਾ ਨਾ, ਮੇਰੇ ਕੋਲ ਸ਼ੋਸ਼ਾ ਨਹੀਂ, ਪਖੰਡ ਨਹੀਂ, ਡਰਾਮਾ ਨਹੀਂ, ਮੇਰੇ ਅੱਗੇ ਪਿੱਛੇ ਉਸ ਤਰ੍ਹਾਂ ਬੰਦੇ ਨਹੀਂ ਘੁੰਮਦੇ। ਮੈਂ ਤੁਹਾਡੇ ਵਰਗਾ ਔਰ ਮੈਂ ਇੱਦਾਂ ਹੀ ਰਹਿਣਾ ਚਾਹੁੰਦਾ। ਜਿਹੜਾ ਬੰਦਾ ਗਰਾਊਂਡਡ ਹੁੰਦਾ ਨਾ, ਉਹਨੂੰ ਪਿਆਰ ਹੀ ਮਿਲਦਾ। ਔਰ ਪੰਜਾਬੀਆਂ ਦੀ ਖਾਸੀਅਤ ਦਿਲ 'ਤੇ ਚੜ੍ਹਾਉਂਦੇ ਨਹੀਂ ਛੇਤੀ, ਜਿਹੜਾ ਚੜ੍ਹ ਜਾਵੇ ਫਿਰ ਲਾਉਂਦੇ ਨਹੀਂ, ਇਸ ਕਰਕੇ ਇਹਨਾਂ ਦੇ ਦਿਲਾਂ 'ਚ ਹੀ ਬਣਨਾ ਬਹੁਤ ਔਖਾ। ਮਨ ਦਾ ਸਾਫ਼ ਹੋਣਾ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਸਮੇਂ 'ਚ? ਸਰ, ਇਨਸਾਨ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ। ਸਾਡਾ ਪਹਿਲਾ ਚੈਪਟਰ ਤਾਂ ਬਾਬਾ ਨਾਨਕ ਜੀ ਤੋਂ ਸ਼ੁਰੂ ਹੁੰਦਾ, ਉਹਨਾਂ ਨੇ ਤਾਂ ਇਹੀ ਸਿਖਾਇਆ ਨਾ, ਸੱਚੇ ਬਣਨਾ। ਅਤੇ ਜੇ ਅਸੀਂ ਸੱਚੇ ਹਾਂ ਫਿਰ ਸੱਚ ਨੂੰ ਤਾਂ ਫਿਰ ਰਾਹ ਖੁੱਲ੍ਹਦੇ ਹੀ ਜਾਂਦੇ ਹਮੇਸ਼ਾ। ਅਤੇ ਮਾਨ ਸਾਹਿਬ, ਅੱਜ ਕੇ ਐਸ ਮੱਖਣ ਸਾਹਿਬ ਵੀ ਆਏ ਸੀਗੇ, ਤਾਂ ਉਹਨਾਂ ਦੋਵਾਂ ਨੂੰ ਦੇਖ ਕੇ ਨਾ, ਦੋਵਾਂ ਦੇਖ ਕੇ ਮੈਨੂੰ ਐਂ ਲੱਗਦਾ ਕਿ ਨਾ ਦਿਲ ਦਾ ਕਨੈਕਸ਼ਨ ਕਿਤੇ ਨਾ ਕਿਤੇ ਜੁੜ ਜਾਂਦਾ, ਕਿਉਂਕਿ ਤੁਸੀਂ ਯਾਰੀ ਆ ਪੁਰਾਣੀ ਯਾਰੀ ਆ। ਅਸੀਂ ਮੇਲ ਘੱਟ ਹੁੰਦਾ ਕਈ ਵਾਰੀ, ਕੰਮਾਂ ਜੁੜਦੇ ਹੁੰਦੇ ਹਾਂ, ਕਈ ਵਾਰੀ ਜ਼ਿਆਦਾ ਬਾਹਰ ਰਹਿੰਦਾ ਮੱਖਣ। ਬੱਬੂ ਮਾਨ ਦੀ ਜ਼ਿੰਦਗੀ 'ਚ ਸਭ ਤੋਂ ਯਾਰੀ ਦੀ ਪਛਾਣ ਕੀ ਹੈ ਕਿ ਯਾਰੀ ਇੱਦਾਂ ਦੀ ਹੋਵੇ? ਇਹ ਮੇਰਾ ਬਚਪਨ ਦਾ ਯਾਰ ਹੈ ਡਾਕਟਰ, ਇਹ ਮੇਰਾ ਛੋਟਾ ਭਰਾ, ਇਹ ਸਾਡਾ ਬਚਪਨ ਦਾ, ਮੇਰੇ ਬਚਪਨ ਦੇ ਯਾਰ ਮੇਰੇ ਨਾਲ ਹੀ ਰਹਿੰਦੇ ਸਾਰੇ ਨਾਲ। ਬੱਬੂ ਮਾਨ ਨੇ ਨਾ ਅੱਜ ਤੱਕ ਜੋ ਬੱਬੂ ਮਾਨ ਦੀ ਲੁੱਕ ਹੈ, ਟੌਰ ਹੈ, ਭਾਵੇਂ ਕੁੜਤੇ ਚਾਦਰੇ 'ਚ ਹੋਵੇ, ਕੁੜਤੇ ਪਜਾਮੇ 'ਚ ਹੋਵੇ, ਜਾਂ ਇੱਦਾਂ ਦੀ ਆਊਟਫਿਟ 'ਚ ਹੋਵੇ, ਵੀ ਕੀ ਪਾਇਆ ਕਰਾਂ, ਅੱਜ ਪੈਂਟ ਪਾ ਕੇ ਦੇਖੀ, ਅੱਧੇ ਨੇ ਚਾਦਰਾ ਲਾਇਆ ਇਹ, ਜਿਵੇਂ ਪਿੰਡ ਸੀ ਅੱਜ ਸਾਰਾ ਦਿਨ। ਨਹੀਂ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਨੂੰ ਐਵੇਂ ਲੱਗਦਾ ਕਿ ਤੁਹਾਨੂੰ ਅਸੀਂ ਸਾਰੇ ਬੜਾ ਪਿਆਰ ਕਰਦੇ ਹਾਂ, ਤੁਹਾਡੇ ਗਾਣਿਆਂ ਨੂੰ, ਤੁਹਾਡੀ ਗੀਤਾਂ ਨੂੰ, ਤੁਹਾਡੀ ਅਦਾਕਾਰੀ ਨੂੰ, ਤਾਂ ਇਹ ਤੁਹਾਡੀ ਜਿਹੜੀ ਨਿਮਰਤਾ ਨਾ, ਅਸੀਂ ਚਾਹੁੰਦੇ ਹਾਂ ਸਦਾ ਬਾਹਰ ਕਾਇਮ ਰਹੇ, ਰੱਖੂਗਾ ਹੁਣ ਤੱਕ ਨਹੀਂ ਵਿਗੜੀ, ਹੁਣ ਕੀ ਵਿਗੜਨੀ। ਜ਼ਿੰਦਗੀ 'ਚ ਬਹੁਤ ਪਿਆਰ ਮਿਲਿਆ ਤੁਹਾਨੂੰ, ਅੱਜ ਤੱਕ ਉਹ ਪਿਆਰ ਸਦਾ ਕਾਇਮ ਹੈ। ਮੇਰੇ ਕੋਲ ਸ਼ੋਸ਼ਾ ਨਹੀਂ, ਪਖੰਡ ਨਹੀਂ, ਡਰਾਮਾ ਨਹੀਂ, ਮੇਰੇ ਅੱਗੇ ਪਿੱਛੇ ਉਸ ਤਰ੍ਹਾਂ ਬੰਦੇ ਨਹੀਂ ਘੁੰਮਦੇ। ਮੈਂ ਤੁਹਾਡੇ ਵਰਗਾ ਔਰ ਮੈਂ ਇੱਦਾਂ ਹੀ ਰਹਿਣਾ ਚਾਹੁੰਦਾ। ਬੱਬੂ ਮਾਨ ਦੀ ਜ਼ਿੰਦਗੀ 'ਚ ਸਭ ਤੋਂ ਯਾਰੀ ਦੀ ਪਛਾਣ ਕੀ ਹੈ ਕਿ ਯਾਰੀ ਇੱਦਾਂ ਦੀ ਹੋਵੇ? ਇਹ ਮੇਰਾ ਬਚਪਨ ਦਾ ਯਾਰ ਹੈ ਡਾਕਟਰ, ਇਹ ਮੇਰਾ ਛੋਟਾ ਭਰਾ ਹੈ। ਪਹਿਲੀ ਗੱਲ ਤਾਂ ਇਹ, ਅੱਜ ਮੈਂ ਇੱਕ ਯਾਰ ਕੋਲੋਂ ਆਪਣੇ ਯਾਰ ਦੀ ਖੁਸ਼ੀ ਦਾ ਜ਼ਿਕਰ ਪੁੱਛਣਾ ਚਾਹੁੰਦਾ ਜੋ ਤੁਹਾਡੇ ਚਿਹਰੇ 'ਤੇ ਇੱਕ ਝਲਕ ਪੈਂਦੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਵੇਂ ਜਿਵੇਂ ਸਿਨੇਮਾ 'ਚ ਕੰਮ ਕਰਦੇ ਹੋ ਤੁਹਾਡਾ ਯਾਰ ਇੱਕ ਚੰਗਾ ਬਣ ਜਾਂਦਾ, ਤਾਂ ਗੁਰੂ ਅਤੇ ਮਾਨ ਸਾਹਿਬ ਦੀ ਯਾਰੀ ਇਹ ਸਾਰੇ ਮਿੱਤਰ ਹੈ, ਗੁਰੂ ਤਾਂ ਭਤੀਜਾ ਸਾਡਾ। ਜ਼ਿੰਦਗੀ 'ਚ ਬਹੁਤ ਪਿਆਰ ਮਿਲਿਆ ਤੁਹਾਨੂੰ, ਅੱਜ ਤੱਕ ਉਹ ਪਿਆਰ ਸਦਾ ਕਾਇਮ ਹੈ। ਇਹ ਝੋਲੀ ਕਿਸੇ ਕਿਸੇ ਕਲਾਕਾਰ ਕਿਸੇ ਕਿਸੇ ਅਦਾਕਾਰ ਦੇ ਹਿੱਸੇ ਆਉਂਦੀ ਆ, ਤੁਹਾਡੇ ਹਿੱਸੇ ਆਈ ਆ, ਮੈਂ ਇਸ ਚੀਜ਼ ਦਾ ਤੁਹਾਡੇ ਦਿਲ ਦਾ ਫੀਲ ਜਾਣਨਾ ਚਾਹੁੰਦਾ ਜੋ ਤੁਹਾਡੇ ਸਰੋਤੇ ਜੋ ਤੁਹਾਡੀ ਦੁਨੀਆ। ਮੈਂ ਤੁਹਾਡੇ ਵਰਗਾ ਨਾ, ਮੇਰੇ ਕੋਲ ਸ਼ੋਸ਼ਾ ਨਹੀਂ, ਪਖੰਡ ਨਹੀਂ, ਡਰਾਮਾ ਨਹੀਂ, ਮੇਰੇ ਅੱਗੇ ਪਿੱਛੇ ਉਸ ਤਰ੍ਹਾਂ ਬੰਦੇ ਨਹੀਂ ਘੁੰਮਦੇ। ਮੈਂ ਤੁਹਾਡੇ ਵਰਗਾ ਔਰ ਮੈਂ ਇੱਦਾਂ ਹੀ ਰਹਿਣਾ ਚਾਹੁੰਦਾ। ਜਿਹੜਾ ਬੰਦਾ ਗਰਾਊਂਡਡ ਹੁੰਦਾ ਨਾ, ਉਹਨੂੰ ਪਿਆਰ ਹੀ ਮਿਲਦਾ। ਔਰ ਪੰਜਾਬੀਆਂ ਦੀ ਖਾਸੀਅਤ ਦਿਲ 'ਤੇ ਚੜ੍ਹਾਉਂਦੇ ਨਹੀਂ ਛੇਤੀ, ਜਿਹੜਾ ਚੜ੍ਹ ਜਾਵੇ ਫਿਰ ਲਾਉਂਦੇ ਨਹੀਂ, ਇਸ ਕਰਕੇ ਇਹਨਾਂ ਦੇ ਦਿਲਾਂ 'ਚ ਹੀ ਬਣਨਾ ਬਹੁਤ ਔਖਾ। ਮਨ ਦਾ ਸਾਫ਼ ਹੋਣਾ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਸਮੇਂ 'ਚ? ਸਰ, ਇਨਸਾਨ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ। ਸਾਡਾ ਪਹਿਲਾ ਚੈਪਟਰ ਤਾਂ ਬਾਬਾ ਨਾਨਕ ਜੀ ਤੋਂ ਸ਼ੁਰੂ ਹੁੰਦਾ, ਉਹਨਾਂ ਨੇ ਤਾਂ ਇਹੀ ਸਿਖਾਇਆ ਨਾ, ਸੱਚੇ ਬਣਨਾ। ਅਤੇ ਜੇ ਅਸੀਂ ਸੱਚੇ ਹਾਂ ਫਿਰ ਸੱਚ ਨੂੰ ਤਾਂ ਫਿਰ ਰਾਹ ਖੁੱਲ੍ਹਦੇ ਹੀ ਜਾਂਦੇ ਹਮੇਸ਼ਾ। ਅਤੇ ਮਾਨ ਸਾਹਿਬ, ਅੱਜ ਕੇ ਐਸ ਮੱਖਣ ਸਾਹਿਬ ਵੀ ਆਏ ਸੀਗੇ, ਤਾਂ ਉਹਨਾਂ ਦੋਵਾਂ ਨੂੰ ਦੇਖ ਕੇ ਨਾ, ਦੋਵਾਂ ਦੇਖ ਕੇ ਮੈਨੂੰ ਐਂ ਲੱਗਦਾ ਕਿ ਨਾ ਦਿਲ ਦਾ ਕਨੈਕਸ਼ਨ ਕਿਤੇ ਨਾ ਕਿਤੇ ਜੁੜ ਜਾਂਦਾ, ਕਿਉਂਕਿ ਤੁਸੀਂ ਯਾਰੀ ਆ ਪੁਰਾਣੀ ਯਾਰੀ ਆ। ਅਸੀਂ ਮੇਲ ਘੱਟ ਹੁੰਦਾ ਕਈ ਵਾਰੀ, ਕੰਮਾਂ ਜੁੜਦੇ ਹੁੰਦੇ ਹਾਂ, ਕਈ ਵਾਰੀ ਜ਼ਿਆਦਾ ਬਾਹਰ ਰਹਿੰਦਾ ਮੱਖਣ। ਬੱਬੂ ਮਾਨ ਦੀ ਜ਼ਿੰਦਗੀ 'ਚ ਸਭ ਤੋਂ ਯਾਰੀ ਦੀ ਪਛਾਣ ਕੀ ਹੈ ਕਿ ਯਾਰੀ ਇੱਦਾਂ ਦੀ ਹੋਵੇ? ਇਹ ਮੇਰਾ ਬਚਪਨ ਦਾ ਯਾਰ ਹੈ ਡਾਕਟਰ, ਇਹ ਮੇਰਾ ਛੋਟਾ ਭਰਾ ਹੈ,
ਇਹ ਸਾਡਾ ਬਚਪਨ ਦਾ ਮੇਰੇ ਬਚਪਨ ਦੇ ਯਾਰ ਮੇਰੇ ਨਾਲ ਹੀ ਰਹਿੰਦੇ ਸਾਰੇ ਨਾਲ। ਬੱਬੂ ਮਾਨ ਦੇ ਨਾਲ ਅੱਜ ਤੱਕ ਜੋ ਬੱਬੂ ਮਾਨ ਦੀ ਲੁੱਕ ਹੈ, ਟੌਰ ਹੈ, ਭਾਵੇਂ ਕੁੜਤੇ ਚਾਦਰੇ 'ਚ ਹੋਵੇ, ਕੁੜਤੇ ਪਜਾਮੇ 'ਚ ਹੋਵੇ ਜਾਂ ਇੱਦਾਂ ਦੀ ਆਊਟਫਿਟ 'ਚ ਹੋਵੇ, ਵੀ ਕੀ ਪਾਇਆ ਕਰਾਂ, ਅੱਜ ਪੈਂਟ ਪਾ ਕੇ ਦੇਖੀ, ਅੱਧੇ ਨੇ ਚਾਦਰ ਵਾਲਾ ਇਹ ਜਿਵੇਂ ਪਿੰਡ ਸੀ ਅੱਜ ਸਾਰਾ ਦਿਨ। ਨਹੀਂ ਮਾਨ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਨੂੰ ਐਵੇਂ ਲੱਗਦਾ ਕਿ ਤੁਹਾਨੂੰ ਅਸੀਂ ਸਾਰੇ ਬੜਾ ਪਿਆਰ ਕਰਦੇ ਹਾਂ, ਤੁਹਾਡੇ ਗਾਣਿਆਂ ਨੂੰ, ਤੁਹਾਡੀ ਗੀਤਾਂ ਨੂੰ, ਤੁਹਾਡੀ ਅਦਾਕਾਰੀ ਨੂੰ, ਤਾਂ ਇਹ ਥੋੜ੍ਹੀ ਜਿਹੜੀ ਨਿਮਰਤਾ ਨਾ ਅਸੀਂ ਚਾਹੁੰਦੇ ਹਾਂ ਸਦਾ ਬਾਹਰ ਕਾਇਮ ਰਹੇ। ਰੱਖੂਗਾ ਹੁਣ ਤੱਕ ਨਹੀਂ ਵਿਗੜੀ, ਹੁਣ ਕੀ ਵਿਗੜਨੀ।